ਮੇਰਾ ਨਾਮ ਜਤਿੰਦਰ ਪਰਮਾਰ ਜੀ ਉਦਾਂ ਹਾਂਜੀ ਇਹਦਾ ਕਾਰਨ ਜੀ ਇਹ ਹੈ ਸਭ ਤੋਂ ਪਹਿਲੇ ਦਾ ਕਿ ਜਿਹੜੀ ਇਸ ਵੇਲੇ ਇਲੈਕਸ਼ਨ ਹੈਗਾ ਉਹ ਪ੍ਰਧਾਨ ਮੰਤਰੀ ਇਲੈਕਸ਼ਨ ਹੈ ਅਤੇ ਐਮ ਪੀ ਇਲੈਕਸ਼ਨ ਅਸੀਂ ਸ਼ੁਰੂ ਤੋਂ ਹੀ ਮੋਦੀ ਸਰਕਾਰ ਨੂੰ ਸਪੋਰਟ ਕੀਤੀ ਹੈ। ਅਸੀਂ ਐਮ ਐਲ ਏ ਲੈਵਲ 'ਤੇ ਕਾਂਗਰਸ ਨੂੰ ਸਪੋਰਟ ਕਰਦੇ ਸੀ, ਪਰ ਕੁਛ ਕਾਰਨ ਸੀਗੇ ਕਿ ਜਿੱਦਾਂ ਕਿ ਸਾਡੇ ਅਸੀਂ ਮੰਗਾਂ ਸੀ ਸਾਡੀਆਂ, ਅਸੀਂ ਉਹਨਾਂ ਦੀ ਫੁੱਲ ਸਪੋਰਟ ਕਰਦੇ, ਪਰ ਉਹ ਸਾਨੂੰ ਉਸ ਤਰ੍ਹਾਂ ਹੀ ਸਪੋਰਟ ਨਹੀਂ ਮਿਲਦੀ ਸੀ ਉਹਨਾਂ ਤੋਂ। ਆਮ ਆਦਮੀ ਪਾਰਟੀ ਬਾਰੇ ਤਾਂ ਪਤਾ ਨਹੀਂ, ਪਰ ਇਹ ਹੈ ਕਿ ਇਸ ਵੇਲੇ ਜੋ ਚੱਲ ਰਿਹਾ ਕਿ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਹੈ ਅਤੇ ਮੇਨ ਸਭ ਤੋਂ ਮੁੱਢਾ ਬੰਦਾ ਹੈਗਾ ਸਾਡੇ ਕਿ ਰਾਮ ਮੰਦਿਰ ਦਾ ਨਿਰਮਾਣ ਵੀ ਹੋਇਆ ਹੈ ਅਤੇ ਇਹ ਸਾਰੀ ਬੈਲਟ ਜ਼ਿਆਦਾ ਹਿੰਦੂ ਬੈਲਟ ਹੈ ਸਾਡੀ, ਜੋ ਕਿ ਰਾਮ ਦੇ ਸਪੋਰਟਰ ਹੈ ਅਤੇ ਇਹਨਾਂ ਨੇ ਬੀ ਜੇ ਪੀ ਨਾਲ ਇਸ ਵੇਲੇ ਜਿੱਤ ਦੀ ਪੋਜੀਸ਼ਨ 'ਤੇ ਹੈਗੀ ਬੀ ਜੇ ਪੀ। ਨਾ ਬੀ ਜੇ ਪੀ ਜੁਆਇਨ ਕਰਨ ਦਾ ਇੱਕੋ ਹੀ ਕਾਰਨ ਸੀਗਾ ਜੋ ਮੇਰੇ ਭਰਾ ਜਤਿਨ ਨੇ ਦੱਸਿਆ ਕਿ ਅਸੀਂ 5-7 ਸਾਲ ਤੋਂ ਕਾਂਗਰਸ ਨਾਲ ਜੁੜੇ ਸੀਗੇ, 2-3 ਕੰਮ ਸਾਡੇ ਨਹੀਂ ਹੋਏ, ਪਿੰਡ ਲੈਵਲ 'ਤੇ ਵੀ ਨਹੀਂ ਹੋਏ, ਮਤਲਬ ਆਪਣੇ ਜਿਹੜੇ ਰਾਈਟ ਹੈਂਡ ਸੀਗੇ ਉਹਨਾਂ ਦੇ ਕੰਮ ਜ਼ਿਆਦਾ ਹੁੰਦੇ ਪਏ, ਬਾਕੀ ਜਨਤਾ ਮੂਰਖ ਬਣਾਏ ਜਾਂਦੇ ਸੀਗੇ, ਇਸ ਕਰਕੇ ਛੱਡਤੀ ਆਪਾਂ, ਅੱਜ ਤੋਂ ਬੀ ਜੇ ਪੀ ਪੱਕੀ ਜੁਆਇਨ ਕਰ ਲਈ। ਪ੍ਰਧਾਨ ਜੀ ਅੱਜ ਜਿਹੜੀ ਯੂਥ ਨੇ ਜਿਹੜੀ ਬੀ ਜੇ ਪੀ ਜੁਆਇਨਿੰਗ ਕੀਤੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਅੱਜ ਯੂਥ ਦੇ ਵਿੱਚ ਬਹੁਤ ਉਤਸ਼ਾਹ ਹੈ, ਮੋਦੀ ਜੀ ਦੇ 10 ਸਾਲਾਂ ਦੇ ਕੰਮਾਂ ਨੂੰ ਲੈ ਕੇ, ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਬਣਨ ਦੇ ਨਿਰਮਾਣ ਨੂੰ ਲੈ ਕੇ, ਔਰ ਸਾਡਾ ਪਹਾੜੀ ਸਾਡਾ ਸਾਰਾ ਕੰਢੀ ਏਰੀਆ ਬੜੇ ਉਤਸ਼ਾਹ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਜਿਹੜੀ ਉਹ ਸਾਡੇ ਕੰਢੀ ਏਰੀਆ 'ਚੋਂ ਜਾਏਗੀ, ਇਸ ਗੱਲ ਦਾ ਵਿਸ਼ਵਾਸ ਤੁਸੀਂ ਅੱਜ ਯੂਥ ਨੇ ਦਿਖਾ ਦਿੱਤਾ। ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਜੁਆਇਨਿੰਗਾਂ ਹੋ ਰਹੀਆਂ, ਕਿਉਂਕਿ ਆਮ ਆਦਮੀ ਪਾਰਟੀ ਇੱਕ ਨਿਕੰਮੀ ਪਾਰਟੀ ਲੋਕ ਕਹਿ ਰਹੇ ਆ, ਇਹ ਅਸੀਂ ਨਹੀਂ ਕਹਿ ਰਹੇ, ਲੋਕ ਕਹਿ ਰਹੇ ਆ, ਉਹਨਾਂ ਦੇ ਕੰਮ ਕਹਿ ਰਹੇ ਆ, ਕਿਉਂਕਿ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਥਾਣੇ ਦੇ ਅੱਗੇ ਧਰਨੇ ਲੱਗ ਰਹੇ ਆ, ਕਿਸੇ ਨੂੰ ਚੱਕਿਆ ਜਾ ਰਿਹਾ, ਕਿਸੇ ਨੂੰ ਕੁੱਟਿਆ ਜਾ ਰਿਹਾ, ਕਿਸੇ ਨੂੰ ਇੱਦਾਂ ਦੀ ਜਿਹੜੀ ਉਹਨਾਂ ਦਾ ਭਾਵਨਾ, ਇੱਦਾਂ ਇਤਿਹਾਸ ਅੱਜ ਤੱਕ ਨਹੀਂ ਹੋਇਆ। ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਹੈ ਬੋਲਣ ਦਾ, ਪਰ ਇੱਦਾਂ ਦਾ ਨਹੀਂ ਹੋਇਆ ਜੋ ਇਹ ਕਰ ਰਹੀ ਹੈ। ਇਹਦਾ ਜਿਹੜਾ ਆਉਣ ਵਾਲੇ ਸਮੇਂ 'ਚ ਚੁਣਾਵ ਦੇ ਵਿੱਚ ਪਤਾ ਲੱਗ ਜਾਣਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਸਾਫ਼ ਹੋਏਗੀ, ਸਾਡਾ ਕੰਢੀ ਇਲਾਕਾ ਬਿਲਕੁਲ ਨਹੀਂ ਇਹਨਾਂ ਨੂੰ ਬਰਦਾਸ਼ਤ ਕਰੇਗਾ, ਬਿਲਕੁਲ ਅਸੀਂ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਇਹਨਾਂ ਹੀ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਪ੍ਰਧਾਨ ਜੀ, ਜਿਹੜੀ ਜੁਆਇਨਿੰਗ ਕੀਤੀ ਹੈ ਯੂਥ ਨੇ ਜਿਹੜੀ ਬੀਜੇਪੀ 'ਚ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਸਾਡੇ ਪਹਾੜ ਦਾ ਜਿਹੜਾ ਕੰਢੀ ਏਰੀਏ ਦੇ ਜਿੰਨੇ ਵੀ ਨੌਜਵਾਨ ਹੈ, ਪਹਿਲੇ ਤਾਂ ਇਹਨਾਂ ਨੂੰ ਕਾਂਗਰਸ ਨੇ ਗੁੰਮਰਾਹ ਕੀਤਾ, ਉਸ ਤੋਂ ਬਾਅਦ ਹੁਣ ਝਾੜੂ ਆ ਗਿਆ, 2.5 ਸਾਲ ਜਿਹੜਾ ਬਦਲਾਓ ਦੀ ਨੀਤੀਆਂ ਲੈ ਕੇ ਆਏ ਸੀ, ਸਾਰਾ ਨੌਜਵਾਨ ਟੋਟਲ ਇਸ ਲਈ ਪਰੇਸ਼ਾਨ ਹੈ ਔਰ ਹਰਾਸ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ, ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ। ਸੋ ਇਸ ਕਰਕੇ ਸਾਰੇ ਜਿੰਨਾ ਨੌਜਵਾਨ ਲੜਕੇ ਹੈ ਇਹ ਸਾਰੇ ਇਹਨਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸੰਕਲਪ ਲੈ ਕੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਜੁਆਇਨ ਕੀਤੀ ਹੈ। ਪ੍ਰਧਾਨ ਜੀ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਜਿਹੜੀ ਹੌਟ ਸੀਟ ਆ ਜਿਹੜੀ ਬਹੁਤ ਜ਼ਿਆਦਾ ਇਹ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿੱਦਾਂ ਮੰਨ ਲਓ ਹੁਣ ਇੱਕ ਦਾਅਵੇਦਾਰੀ ਕੀਤੀ ਜਾ ਰਹੀ ਵੀ ਚੱਬੇਵਾਲ ਜਿਹੜੇ ਸੀਟ ਕੱਢੂਗੇ ਜਾਂ ਉਹਦੇ ਬਾਰੇ? ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤਣ ਜਾ ਰਹੀ ਹੈ ਜੀ, ਔਰ ਅੱਜ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵਿੱਚ ਜਿੰਨਾ ਵੀ ਨੌਜਵਾਨ ਹੈ, ਜਿੰਨਾ ਵੀ ਯੂਥ ਹੈ, ਮਹਿਲਾਂ, ਵਪਾਰੀ ਵਰਗ ਹੈ, ਸਾਰੇ ਤਨਦਹੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਔਰ ਬੜੀ ਲੀਡ ਦੇ ਨਾਲ ਜਿਤਾਉਣ ਜਾ ਰਹੇ ਨੇ। ਪ੍ਰਧਾਨ ਜੀ ਪੰਜਾਬ 'ਚ ਆਪਾਂ ਕਿੰਨੀਆਂ ਸੀਟਾਂ ਕੱਢ ਸਕਦੇ ਬੀਜੇਪੀ? ਪੰਜਾਬ 'ਚ ਮੈਕਸੀਮਮ ਸੀਟਾਂ ਪੰਜਾਬ 'ਚ ਬੀਜੇਪੀ ਜਿੱਤਣ ਜਾ ਰਹੀ ਹੈ ਔਰ ਜਿਹੜੇ ਨਤੀਜੇ ਹੋਣਗੇ ਇਹ ਹੈਰਾਨੀਜਨਕ ਹੋਣਗੇ। ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ? ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਵੀ ਮੋਦੀ ਜੀ ਨੇ ਪਿਛਲੇ 10 ਸਾਲ ਦੇਸ਼ ਦੇ ਲਈ ਜਿਹੜੇ ਕੰਮ ਕੀਤੇ ਨੇ, ਚਾਹੇ ਉਹ ਡਿਵੈਲਪਮੈਂਟ ਦੇ ਕੰਮ ਹੈ, ਚਾਹੇ ਧਾਰਾ 370 ਦੀ ਆਪਾਂ ਗੱਲ ਕਰੀਏ, ਚਾਹੇ ਰਾਮ ਮੰਦਿਰ ਨਿਰਮਾਣ ਦੀ ਗੱਲ ਕਰੀਏ, ਜਿਹੜਾ ਇੱਕ ਸੁਪਨਾ ਸੀਗਾ ਸਾਡੇ ਦੇਸ਼ ਦੇ ਹਿੰਦੂ
ਲੋਕਾਂ ਦਾ ਇੱਥੇ ਜਿਹੜਾ 500 ਸਾਲ ਤੋਂ ਮੰਦਰ ਨਹੀਂ ਸੀ ਬਣਿਆ, ਅੱਜ ਉਹ ਮੋਦੀ ਜੀ ਨੇ ਬਣਾ ਕੇ ਸਾਰੇ ਹਿੰਦੁਸਤਾਨ ਕੀ ਦੁਨੀਆ 'ਚ ਵੱਸਦੇ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਮਨ ਨੂੰ ਬੜੀ ਤਸੱਲੀ ਆਈ ਹੈ। ਉਹ ਲੋਕ ਬੜੇ ਖੁਸ਼ ਹਨ ਇਸ ਗੱਲ ਤੋਂ, ਬੜੇ ਪ੍ਰਫੁੱਲਤ ਹਨ। ਉਹ ਪ੍ਰਧਾਨ ਜੀ, ਜੇ ਗੱਲ ਕੀਤੀ ਜਾਵੇ ਕੰਢੀ ਏਰੀਆ, ਇੱਕ ਸਾਡਾ BBMB ਹੋਸਪਿਟਲ, ਇੱਕ ਲੌਤਾ ਹੋਸਪਿਟਲ ਹੈ, ਪਿੱਛੇ ਵੀ 10 ਸਾਲ ਰਹੀ ਹੈ BJP ਸਰਕਾਰ ਜਿਹੜੀ ਆ, ਉੱਥੇ ਵੀ ਹੋਸਪਿਟਲ ਦਾ ਮੁੱਦਾ ਜਿਹੜਾ ਨਹੀਂ ਹੋ ਸਕਿਆ, ਔਰ ਕੁਆਟਰਾਂ ਦਾ ਜਿਹੜਾ। ਦੇਖੋ, ਜਿੱਥੋਂ ਤੱਕ ਹੋਸਪਿਟਲ ਦੇ ਮੁੱਦੇ ਦੀ ਗੱਲ ਹੈ, ਹਰ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ, ਮੋਦੀ ਗੌਰਮੈਂਟ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲ੍ਹਣ ਜਾ ਰਹੇ, ਤਾਂ ਉਹ ਬੜੀ ਜਲਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਬਣ ਕੇ ਤਿਆਰ ਹੋ ਜਾਏਗਾ ਅਤੇ ਲੋਕਾਂ ਨੂੰ ਵੀ ਸੁਵਿਧਾ ਮਿਲਣੀ। ਆਪ ਸਰਕਾਰ ਦਾਅਵੇ ਕਰ ਰਹੀ ਹੈ 13 ਦੀਆਂ 13 ਸੀਟਾਂ ਕੱਢਣ ਦੇ ਪੰਜਾਬ ਦੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ? ਆਪ ਸਰਕਾਰ ਦਾ ਜਿਹੜਾ ਬਦਲਾਓ ਸੀਗਾ, ਇਹਨਾਂ ਦਾ ਜਿਹੜਾ ਝੂਠ ਸੀਗਾ, ਜਿਹੜਾ ਇਹ ਲੋਕਾਂ ਨੂੰ ਇਹਨਾਂ ਨੇ ਆਮ 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 ਕਰਕੇ ਲੋਕਾਂ ਨੂੰ ਗੁੰਮਰਾਹ ਕਰਤਾ ਸੀ, ਸ਼ਹੀਦਾਂ ਦੀਆਂ ਕਸਮਾਂ ਖਾ ਕੇ ਇਹਨਾਂ ਨੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਸੀ, ਉਹ ਇਹਨਾਂ ਦਾ ਪਰਦਾ ਜਿਹੜਾ ਉਹ ਚੁੱਕਿਆ ਗਿਆ। ਲੋਕ ਅੱਜ ਬਿਲਕੁਲ ਇਹਨਾਂ ਨੂੰ ਨਕਾਰ ਰਹੇ ਨੇ, ਉਹ ਤੁਸੀਂ ਦੇਖ ਰਹੇ ਹੋ, ਰੋਜ਼ ਇਹਨਾਂ ਦੀ ਵੀਡੀਓ ਆ ਰਹੀ, ਲੋਕ ਪਿੰਡਾਂ 'ਚ ਨਹੀਂ ਬਣ ਦੇਣ ਜਾ ਰਹੇ। ਸੋ ਇਹਨਾਂ ਦਾ ਝੂਠ ਜਿਹੜਾ ਸੀ ਉਹ ਵਿਕ ਚੁੱਕਿਆ, ਔਰ ਇਹ ਮੋਸਟ ਕਰਪਟ ਜਿਹੜੀ ਇਹ ਸਰਕਾਰ ਹੈ ਇਹ, ਔਰ ਦਿੱਲੀ ਦੇ ਵਿੱਚ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਸੀ ਕੇਜਰੀਵਾਲ, ਉਹ ਹੁਣ ਬੇਲ 'ਤੇ ਆ, ਪਹਿਲੇ ਜੇਲ੍ਹ 'ਚ ਸੀਗਾ। ਸੋ ਇਹਨਾਂ ਦੇ ਕਾਫੀ ਜਿਹੜੇ ਲੀਡਰ ਆ ਅੱਜ ਜਿਹੜੀ ਇਹਨਾਂ ਨੇ ਸਰਕਾਰ ਚਲਾਈ ਹੈ ਦਿੱਲੀ ਦੇ, ਅੱਜ ਵੀ ਅੰਦਰ ਜੇਲ੍ਹਾਂ ਦੇ ਅੰਦਰ ਧੱਕੇ ਪਏ ਨੇ, ਕਿਉਂਕਿ ਇਹ ਬਹੁਤ ਕਰਪਟ ਗੌਰਮੈਂਟ ਹੈ ਇਹਨਾਂ ਦੀ।